muito arado, e por isso eu estou muito pouco de ganhar. Que pai, e parte da de carne e carne é. Pai, de que se der morro de roti, cusugi, de que se vive jar, vinha carne, vinha que está já, vinha nem, sabe, ou, bachare, ਭੋਲੇ ਭਾਲੇ ਮਾਪੇ ਸਾਡੇ ਬਾਪੂ ਜਿਨ੍ਹਾਂ ਦੀ ਦਵਾਈ ਬੂਟੀ ਆ ਇਸੇ ਸੈਲਰੀ ਤੋਂ ਹੀ ਲੈ ਕੇ ਦਿੰਦੇ ਆ ਆ ਕਰਾ ਲਓ ਚੈੱਕ ਕਿਹਦਾ ਮਰਜ਼ੀ ਰੈਂਡਮਲੀ ਪੁੱਛ ਕੇ ਅਕਾਊਂਟ ਕੋਈ ਸਵਿਸ ਬੈਂਕ 'ਚ ਨਹੀਂ ਭੇਜੀ ਜਾਂਦੇ ਜੇ ਦੋ ਪੈਸੇ ਮਿਲਦੇ ਨੇ ਤਾਂ ਆਪਦਾ ਟੱਬਰ ਚਲਾਉਣੇ ਆ ਅਤੇ ਜਿਵੇਂ ਤੇਰੀਆਂ ਹਰਕਤਾਂ ਨੇ ਜਿਵੇਂ ਤੂੰ ਕਹਿੰਦਾ 5178 ਵਾਲਿਆਂ ਨੂੰ ਕਿ ਭਾਈ 3 ਸਾਲ 6000 ਰੁਪਏ ਕੰਮ ਕਰ ਲਿਆ ਆ 10-300 ਰੁਪਏ ਕੰਮ ਕਰੋ ਜਿਵੇਂ ਕਹਿੰਦਾ ਕੰਪਿਊਟਰ ਵਾਲਿਆਂ ਨੂੰ ਜਿਵੇਂ ਕਹਿੰਦਾ ਰਾਮਸਾ ਵਾਲਿਆਂ ਨੂੰ ਮਾਡਲ ਸਕੂਲ ਨਾਨ ਟੀਚਿੰਗ ਵਾਲਿਆਂ ਨੂੰ ਕਿ 10-300 ਤੇ ਆ ਜਾਓ ਓਏ ਉਹਨਾਂ ਨੇ ਤਾਂ ਘੇਰੀ ਸੀਗੀ ਉਹਨਾਂ ਨੇ ਤਾਂ ਕਾਰ ਰੋਕੀ ਸੀਗੀ ਜੇ ਇਹੀ ਤੇਰੇ ਲੱਛਣ ਰਹੇ ਆਉਣ ਵਾਲੇ ਦਿਨਾਂ 'ਚ ਕਿਸੇ ਜਥੇਬੰਦੀ ਤੋਂ ਕਾਰ ਜੀ ਪੁੱਠੀ ਨਹੀਂ ਕਰਾ ਲੈਂਦਾ ਅਨੁਸ਼ਾਸਨ ਵਿੱਚ ਰਹਿਣਾ ਹੈ ਅੱਜ ਤਾਂ ਇਹ ਧਰਨਾ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਅਸੀਂ ਜਿਹੜੀ ਗੱਲ ਨੇ ਸਿੱਖਿਆ ਸਕੱਤਰ ਨੇ ਜਚਾਈ ਹੈ ਕਿ ਭਾਈ 75% ਮਾਸਟਰ ਤਾਂ ਸਹਿਮਤੀ ਦੇ ਵੀ ਬੈਠੇ ਨੇ ਉਹ ਕਮਲਿਆ ਜੇ ਤੂੰ ਲੈਟਰ ਜੀ ਕੱਲ੍ਹ ਵਾਲੀ ਨਾ ਜਾਰੀ ਕਰਦਾ ਆਹ ਸਾਰੀ ਸੜਕ ਸਿਰੇ ਤੱਕ ਭਰਦੀ ਸੀ ਆਪਾਂ ਨੇ ਉਹ ਇਸ ਗੱਲ ਦੀ ਗਵਾਹੀ ਭਰ ਰਹੇ ਨੇ ਇਸ ਗੱਲ ਨੂੰ ਦੋਸ਼ ਕਰ ਰਹੇ ਨੇ ਕਿ ਤੇਰਾ 10-300 ਦਾ ਫੈਸਲਾ ਨਾ ਮਨਜ਼ੂਰ ਕਰਦੇ ਆ ਪੂਰੀਆਂ ਸਹੂਲਤਾਂ ਪੂਰੀਆਂ ਤਨਖਾਹਾਂ ਲਵਾਂਗੇ ਸਿੱਖਿਆ ਵਿਭਾਗ ਵਿੱਚ ਰੈਗੂਲਰ ਹੋਵਾਂਗੇ ਸੰਘਰਸ਼ ਦੇ ਫਲ ਬੂਟੇ ਰੈਗੂਲਰ ਹੋਵਾਂਗੇ ਇੱਥੇ ਐਕਟ ਬਣਿਆ ਹੋਇਆ ਉਸ ਐਕਟ ਦੇ ਵਿੱਚ ਪ੍ਰੋਵੀਜ਼ਨ ਹੈ ਕਿ ਕਿਸੇ ਅਧਿਆਪਕ ਮੁਲਾਜ਼ਮ ਦੀ ਤਨਖਾਹ ਘਟਾਈ ਨਹੀਂ ਜਾਊਗੀ ਸੋ ਵੀਰੋ ਇੰਨੀਆਂ ਕੁ ਗੱਲਾਂ ਤੁਹਾਡੇ ਨਾਲ ਕਰਨੀਆਂ ਸੀ ਜਜ਼ਬਾਤੀ ਨਾ ਹੋਇਓ ਯਕੀਨ ਰੱਖਿਓ ਜਜ਼ਬਾਤੀ ਨਾ ਹੋਇਓ ਇਸ ਮੰਚ ਤੇ ਯਕੀਨ ਰੱਖਿਓ ਜਜ਼ਬਾਤੀ ਨਾ ਹੋਇਓ ਸੰਘਰਸ਼ ਤੇ ਯਕੀਨ ਰੱਖਿਓ ਸਾਡੇ ਨਾਸਤ ਪਲਾਰੇ ਗੁਰਵਿੰਦਰ ਤਰਨ ਤਰਨ ਜੀ ਕਰਨਗੇ ਤੁਹਾਡੇ ਨਾਲ ਕਿ ਅਸੀਂ ਅੱਗੇ ਕੀ ਪਲਾਨ ਕੀਤਾ ਹੋਇਆ ਜੇਕਰ ਮੈਂ ਇੱਕ ਲਾਸਟ ਗੱਲ ਇੱਕ ਸੈਗਮੈਂਟ ਵੱਧ ਲੈ ਜਾ ਇੱਕ ਲਾਸਟ ਗੱਲ ਸਾਂਝੀ ਕਰਨੀ ਹੈ ਮੈਂ ਇੱਕ ਫਿਲਮ ਦੇਖੀ ਸੀ ਛੋਟੇ ਹੁੰਦੇ ਨੇ ਇਸੇ ਤਰ੍ਹਾਂ ਫੈਕਟਰੀ ਦੇ ਮਜ਼ਦੂਰਾਂ ਦਾ ਧਰਨਾ ਲੱਗਿਆ ਹੋਇਆ ਸੀ ਉਹਨਾਂ ਨੇ ਅਧਿਆਪਕਾਂ ਵੱਲੋਂ ਪੱਕੇ ਹੋਣ ਵਾਸਤੇ ਮੋਹਾਲੀ ਦੇ ਵਿੱਚ ਅੱਜ 6 ਮਾਰਚ ਨੂੰ ਇਤਿਹਾਸਕ ਰੈਲੀ ਕੀਤੀ ਗਈ ਜਿੱਥੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਇਕੱਠ ਹੈ ਸਾਡੀਆਂ ਭੈਣਾਂ ਸਾਡੇ ਵੀਰ ਨਿੱਕੇ ਨਿੱਕੇ ਬੱਚਿਆਂ ਨਾਲ ਇਸ ਰੈਲੀ ਦੇ ਵਿੱਚ ਹੈ ਔਰ ਸਰਕਾਰ ਨੂੰ ਮੂੰਹ ਤੋੜਵਾਂ ਜਵਾਬ ਹੈ ਜਦੋਂ ਸਰਕਾਰ ਨੇ ਕਿਹਾ ਸੀ ਕਿ ਜਿਹੜੇ ਅਧਿਆਪਕ 40-40, 50-50 ਹਜ਼ਾਰ ਰੁਪਇਆ ਲੈ ਰਹੇ ਆ ਉਹ 10,300 ਦੇਵਾਂਗੇ ਔਰ ਸਰਕਾਰ ਨੇ ਇੱਕ ਚਿੱਠੀ ਕੱਢੀ ਵੀ ਕੋਈ ਵੀ ਅਧਿਆਪਕ ਛੁੱਟੀ ਨਹੀਂ ਲੈ ਸਕਦਾ ਛੁੱਟੀ 'ਤੇ ਪਾਬੰਦੀ ਲਾਈ ਸਰਕਾਰ ਨੇ ਐਜੂਕੇਸ਼ਨ ਸੈਕਟਰੀ ਕ੍ਰਿਸ਼ਨ ਕੁਮਾਰ ਨੇ ਸਿੱਖਿਆ ਮੰਤਰੀ ਨੇ ਬਾਅਦ ਦੇ ਵਿੱਚ ਭਾਵੇਂ ਉਹਨਾਂ ਨੇ ਇਹ ਕਿਹਾ ਵੀ ਅਸੀਂ ਚਿੱਠੀ ਪੇਪਰਾਂ ਵਾਸਤੇ ਪ੍ਰੀਖਿਆ ਵਾਸਤੇ ਕੱਢੀ ਆ ਪਰ ਇਹਦਾ ਅਸਿੱਧੇ ਤੌਰ 'ਤੇ ਇਸ਼ਾਰਾ ਇਹ ਸੀ
ਮੁੱਖ ਅਧਿਆਪਕਾਂ ਨੂੰ ਪ੍ਰਿੰਸੀਪਲਾਂ ਨੂੰ ਵੀ ਅਧਿਆਪਕਾਂ ਨੂੰ ਛੁੱਟੀ ਨਾ ਦਿੱਤੀ ਜਾਵੇ ਔਰ ਸਾਡੇ ਅਧਿਆਪਕਾਂ ਵੱਲੋਂ ਲੜਨ ਵਾਲੇ ਲੋਕਾਂ ਵੱਲੋਂ ਸਰਕਾਰ ਦੀ ਇਸ ਨਾਦਰਸ਼ਾਹੀ ਫਰਮਾਨ ਦਾ ਮੂੰਹ ਤੋੜਵਾਂ ਜਵਾਬ ਅੱਜ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸਾਡੇ ਅਧਿਆਪਕ ਭੈਣਾਂ ਸਾਡੇ ਵੀਰ ਨਿੱਕੇ ਨਿੱਕੇ ਬੱਚਿਆਂ ਨਾਲ ਮੋਹਾਲੀ ਦੇ ਵਿੱਚ ਮਾਰਚ ਕਰਦੇ ਹੋਏ ਸਰਕਾਰਾਂ ਦੇ ਖਜ਼ਾਨੇ ਲੋਕਾਂ ਵਾਸਤੇ ਖਾਲੀ ਰਹਿੰਦੇ ਆ ਜਦੋਂ ਕਿ ਆਪ ਉਹਨਾਂ ਦੀਆਂ ਤਨਖਾਹਾਂ ਉਹਨਾਂ ਦੀਆਂ ਪੈਨਸ਼ਨਾਂ ਐੱਮ ਐੱਲ ਏ ਐੱਮ ਪੀ ਦੀਆਂ ਪੈਨਸ਼ਨਾਂ ਲਗਾਤਾਰ ਵੱਧਦੀਆਂ ਰਹਿੰਦੀਆਂ ਜਿੱਥੇ ਸਾਡੇ ਕੰਪਿਊਟਰ ਟੀਚਰ ਐੱਸ ਐੱਸ ਏ ਰਮਸਾ ਵਾਲੇ ਟੀਚਰ 5178 ਵਾਲੇ ਟੀਚਰ ਹੋਰ ਦੂਜੇ ਕੱਚੇ ਅਧਿਆਪਕ ਹੈ ਉੱਥੇ ਰੈਗੂਲਰ ਅਧਿਆਪਕ ਇਹਨਾਂ ਦੇ ਸਾਥ ਵਾਸਤੇ ਭਰਾਤਰੀ ਜਥੇਬੰਦੀਆਂ ਵੱਲੋਂ ਡੀ ਟੀ ਐੱਫ ਦੇ ਦੂਜੇ ਜਥੇਬੰਦੀਆਂ ਦੇ ਸਾਂਝੇ ਅਧਿਆਪਕ ਮੋਰਚੇ ਦੇ ਅਧਿਆਪਕ ਇੱਥੇ ਬਕਾਇਦਾ ਆਏ ਹੋਏ ਆ ਔਰ ਅਧਿਆਪਕ ਇਸ ਗੱਲ ਨੂੰ ਭਲੀ ਭਾਂਤ ਜਾਣਦੇ ਆ ਵੀ ਜਿਹੜੇ ਲੋਕ ਲੜਦੇ ਆ ਉਹ ਪ੍ਰਾਪਤੀਆਂ ਕਰਦੇ ਆ ਲੜੇ ਲੜਨ ਨਾਲ ਹੀ ਸੰਘਰਸ਼ਾਂ ਦੇ ਰਾਹ 'ਤੇ ਪੈ ਕੇ ਹੀ ਜਿੱਤਾਂ ਪ੍ਰਾਪਤ ਹੁੰਦੀਆਂ ਸਰਕਾਰ ਤੋਂ ਭੀਖ ਮੰਗ ਕੇ ਕੋਈ ਵੀ ਚੀਜ਼ ਪ੍ਰਾਪਤ ਨਹੀਂ ਹੋ ਸਕਦੀ ਔਰ ਸਰਕਾਰ ਦਾ ਪਿੱਟ ਸਿਆਪਾ ਬੜੇ ਜ਼ੋਰਾਂ ਸ਼ੋਰਾਂ ਨਾਲ ਇੱਥੇ ਅਧਿਆਪਕਾਂ ਵੱਲੋਂ ਮੋਹਾਲੀ ਦੇ ਲਾਈਟਾਂ ਵਾਲੇ ਚੌਂਕ ਦੇ ਵਿੱਚ ਕੀਤਾ ਜਾ ਰਿਹਾ ਔਰ ਅਸੀਂ ਸਾਰਿਆਂ ਅਧਿਆਪਕਾਂ ਨੂੰ ਸੁਨੇਹਾ ਦੇਣਾ ਚਾਹੁੰਦੇ ਹਾਂ ਵੀ ਸਾਨੂੰ ਸਰਕਾਰ ਦੀਆਂ ਇਹਨਾਂ ਨਾਦਰਸ਼ਾਹੀ ਗੱਲਾਂ ਦੇ ਖਿਲਾਫ਼ ਲੜਨ ਦੀ ਲੋੜ ਹੈ।